ਤੇ ਇੱਕ ਮੈਂ ਯਾਰ ਉਹ ਰੀਲਾਂ 'ਚ ਦੇਖਿਆ ਉਹ ਦੋ ਜਣੇ ਫੜ ਕੇ ਜਿਹੜੀ ਲੇਮੀ ਲੇਸ਼ਨ ਜੀ ਚਿਪਕਾਉਂਦੇ PPF ਕਣੀ ਕੀ ਕਹਿੰਦੇ ਆ, ਉਹ PPF ਹੁੰਦੀ, ਉਹ ਅਲੱਗ ਚੀਜ਼ ਹੁੰਦੀ ਆ, ਉਹ ਅਲੱਗ ਆ ਹਨਾ, ਉਹ PPF ਅਲੱਗ, ਇਹ ਕੋਟਿੰਗ ਆ, ਇਹ ਲਿਕਵਿਡ ਆ, ਹਾਂ ਉਹ PPF ਆ, ਉਹ ਅੱਗੇ ਪੇਂਟ ਪ੍ਰੋਟੈਕਸ਼ਨ ਫਿਲਮ ਆ, ਉਹ ਆਇਆ ਵੀ ਜੇ ਝਰੀਟ ਝਰੂਟ ਆਏ ਅਗਲਾ ਮਾਰ ਦੇਵੇ, ਉਹ ਪੇਪਰ ਵਾਂਗੂ ਬਣਿਆ ਤਣਿਆ ਗਲਾਸ ਨੂੰ ਲੈ, ਪੇਪਰ ਵਾਂਗੂ ਗਲਾ ਨਹੀਂ ਲੈਂਦਾ ਨਹੀਂ ਉਹ, ਉਹ ਚੀਜ਼ ਵੀ ਜੇ ਲਾਉਣਾ ਹੋਵੇ ਤੇ ਉਹ ਚੀਜ਼, ਆਹ ਚੀਜ਼ ਆ ਫਾਰ ਕੋਲ, ਇਹ ਕੋਟਿੰਗ ਆ, ਇਹ ਲਿਕਵਿਡ ਆ, ਇਹਨੇ ਆਪਦਾ ਕੰਮ ਦਿਖਾਉਣਾ ਹੈ ਵੀ ਕੀ ਚੀਜ਼ ਆ, ਉਹ PPF ਆ, ਉਹਨੇ ਪੇਪਰ ਵਾਂਗੂ ਇੱਕ ਤਰ੍ਹਾਂ ਲੈਮੀਨੇਟ ਹੋ ਗਈ ਸਾਰੀ, PPF ਉਹਦੇ ਚੜ ਗਈ, ਉਹ ਸੈਲਫ, ਉਹ ਉਹ 'ਚ ਵੀ ਅਲੱਗ ਅਲੱਗ ਕੁਆਲਿਟੀਆਂ ਹੁੰਦੀਆਂ, ਕੋਈ ਲੋ ਕੁਆਲਿਟੀ ਲੱਗੇ ਹਾਈ ਕੁਆਲਿਟੀ ਤੱਕ ਬੰਦੇ ਦੀ ਜਿਹਦੇ ਨਾਲ ਕਸਟਮਰ ਡਿਮਾਂਡ ਕਰਦਾ, ਉਹ ਪੇਪਰ ਬਈ ਮੋਟਾ ਪਤਲਾ ਹੀ ਕਹਿਦਾ, ਪਤਾ ਨਹੀਂ ਕਹਦੇ ਰੇਸ਼ੋ ਦੀ ਹੁੰਦੀ ਹੁੰਦੀ ਹੈ ਪੇਪਰ ਦੀ, ਮੋਟਾ ਪਤਲਾ ਇੱਕੋ ਜਿਹਾ ਹੁੰਦਾ, ਪਰ ਉਹਦੀ ਕੁਆਲਿਟੀ ਦਾ ਫਰਕ ਹੁੰਦਾ, ਪੈਸੇ ਕਿੰਨੇ ਲਾਉਣੇ ਬੰਦੇ ਨੇ, ਹਾਂ ਪੈਸੇ ਕਿੰਨੇ ਲਾਉਣੇ, ਫਿਰ ਇੱਕ ਤਾਂ ਹੈਗੀ ਨੋਰਮਲ, ਜਿਹਨੇ ਆਪਾਂ ਨੋਰਮਲ PPF ਜੇ ਉਹਦੀ ਨੋਰਮਲ ਗਲੋਸ ਹੋਊਗੀ ਗੱਡੀ 'ਤੇ, ਉਹਦੀ ਕੋਈ ਸੈਲਫ ਫੀਲਿੰਗ ਨਹੀਂ ਹੋਊਗੀ, ਸੈਲਫ ਫੀਲਿੰਗ ਦਾ ਮਤਲਬ ਜੇ ਹੁਣ ਪੂਰਾ ਵਧੀਆ ਪੇਪਰ ਫਰਜੇ ਗਲੋਬਾ ਯੂਜ਼ ਕਰਦੇ ਹਾਂ, ਠੀਕ ਆ, ਮਹਿੰਗਾ ਉਹ ਕਸਟਮਰ ਪੈਸੇ ਭਰਦਾ ਹੈ, ਉਹ ਕਾਸ ਚੀਜ਼ ਨਾ ਘਸੜ ਗਈ, ਉੱਤੇ PPF ਦੇ ਝੀਟਾਂ ਪੈਗੀਆਂ, PPF ਦੇ ਪੇਪਰ ਉੱਤੇ, ਉਹਨੂੰ ਹੀਟ ਦਿਓ, ਉਹ ਪਤਾ ਨਹੀਂ ਲੱਗਣਾ ਵੀ ਇਹ ਝੀਟ ਸੀ, ਵੀ ਆ ਕੇ ਕਰ ਜਾਓ ਜਾ ਕੇ ਕਰੇ, ਉਹ ਕੋਈ ਟੱਕਰ ਨਹੀਂ, ਜੋ ਮੈਂ ਦੱਸਿਆ ਵੀ ਆਪਾਂ ਕੋਈ ਗੱਡੀ ਦੀ, ਚਲੋ ਫਰਜ਼ ਕਰੋ ਜਿਵੇਂ ਨਵੀਂ ਗੱਡੀ ਆ, ਕੰਡੀਸ਼ਨ ਵਧੀਆ ਹੈ ਨਾ, ਚਲੋ ਉਹ ਹੋ ਵੀ ਜਾਂਦੀ ਆ, ਕਈ ਵਾਰੀ ਗੱਡੀਆਂ ਹੁੰਦੀਆਂ, ਗੱਡੀ ਜ਼ਿਆਦਾ ਪੁਰਾਣੀ ਹੁੰਦੀ ਆ, ਕੰਡੀਸ਼ਨ ਜ਼ਿਆਦਾ ਲੋਅ ਹੁੰਦੀ ਆ ਗੱਡੀ ਦੀ, ਉਹ ਆਪਾਂ ਨੂੰ ਲਿਆ ਕੇ ਇੱਥੇ ਦੇਖਣੀ ਪੈਂਦੀ ਕਿਵੇਂ ਕਿਸ ਹੋਣਾ ਕੰਮ, ਉਹ ਲੈ ਕੇ ਉਹ ਲੈ ਕੇ ਆਉਣੀ ਪੈਣੀ। ਸਤਿ ਸ਼੍ਰੀ ਅਕਾਲ ਮਿੱਤਰੋ, ਕੀ ਹਾਲ ਚਾਲ ਆ, ਮੇਰੇ ਨਾਲ ਆ ਜਾਓ, ਪਿੰਡ ਬੁਰਜ ਹਰੀਕਾ ਦੇ ਵਿੱਚ ਖੜਾ ਮੈਂ, ਪਹਿਲਾਂ ਮੈਂ ਤੁਹਾਨੂੰ ਆਈ ਦੱਸ ਦਿੰਦਾ, ਆਪਣੇ ਗੁਰਸ਼ਰਨ ਭਰਾ, ਉਹਦੇ ਕੋਲ ਆਪਾਂ ਆਉਂਦੇ ਜਾਂਦੇ ਰਹੀਦਾ, ਵੀਡੀਓ ਆਉਂਦੀਆਂ ਹੀ ਰਹਿੰਦੀਆਂ, ਤੁਸੀਂ ਦੇਖਦੇ ਹੋ, ਕੋਟਿੰਗ ਦਾ ਕੰਮ ਤੁਹਾਨੂੰ ਪਤਾ, ਪਰ ਅੱਜ ਕਿਹੜੀ ਗੱਡੀ ਆਈ ਆ ਅਤੇ ਕੀ ਕੰਮ 'ਚ ਬਦਲਾਅ ਆਇਆ, ਸਾਰੀ ਗੱਲਬਾਤ ਕਰਦੇ ਹਾਂ, ਮੇਰੇ ਨਾਲ ਆ ਜਾਓ, ਆਪਾਂ ਪੁੱਛਦੇ ਹਾਂ ਗੁਰਸ਼ਰਨ ਕੋਲ, ਚੱਲਦੇ ਹਾਂ ਭਰਾ ਕੋਲ, ਕੀ ਬਦਲਾਅ ਆਏ, ਕੀ ਕੰਮ ਕੀਤਾ, ਕੀ ਹੋ ਜੂਗਾ, ਸਾਰੀ ਗੱਲਬਾਤ ਕਰਦੇ ਹਾਂ ਵੀਰੇ, ਕੀ ਹਾਲ ਚਾਲ, ਬਹੁਤ ਸਿਹਤਾਂ ਕਿਵੇਂ ਮੈਂ ਪੂਰੇ ਯਾਰ, ਪਹਿਲਾਂ ਤਾਂ ਮੈਂ ਉਲਝ ਤਾਂ ਬਹੁਤ ਆ, ਮੈਨੂੰ ਮੈਂ ਐਂ ਦੱਸਦੀ ਬਈ ਜਿਹੜਾ ਆਪਣਾ ਬੁਰਜ ਹਰੀਕਾ ਬਰਗਾੜੀ ਤੋਂ ਕੋਟ ਕਪੂਰੇ ਤੋਂ ਕਿੰਨੇ ਕਿਲੋਮੀਟਰ ਤੇ ਕਿੱਥੇ, ਬਰਗਾੜੀ ਤੋਂ ਆਪਣਾ ਪਿੰਡ ਰਹਿ ਗਿਆ 5 ਕਿਲੋਮੀਟਰ, 5 ਕਿਲੋਮੀਟਰ ਬਰਗਾੜੀ, ਕੋਟਕਪੂਰੇ ਤੋਂ ਰਹਿ ਗਿਆ 13 ਕਿਲੋਮੀਟਰ, ਹਾਂ ਰੋਡ ਆਪਾਂ ਸੇਮ ਹੀ ਆ ਸਕਦੇ ਹਾਂ, ਕੋਟਕਪੂਰੇ ਜਿਹੜਾ ਬਠਿੰਡਾ ਹਾਈਵੇ ਆ, ਉਹ ਬਗਰਾੜੀ ਵੀ ਉਸ ਰੋਡ ਤੇ ਰਹਿ ਗਿਆ, ਕੋਟਕਪੂਰਾ ਵੀ, ਕੋਟਕਪੂਰੇ ਨਾਲ ਤਾਂ ਵੀ ਉਹੀ ਰੋਡ ਹੋਣਾ, ਬਗਰਾੜੀ ਤੋਂ ਤਾਂ ਵੀ ਉਹੀ ਰੋਡ ਹੋਣਾ, ਤੇ ਇੱਕ ਗੱਲ ਜਿਹੜੀ ਮੈਂ ਪਹਿਲਾਂ ਹੀ ਕਰਾਂ, ਜਿਵੇਂ ਮੰਨ ਕੇ ਚੱਲੋ ਮੇਰੇ ਵਰਗਾ ਬੰਦਾ ਕਹੇ ਭਾਈ ਗੱਡੀ ਘਰੇ ਖੜੀ ਹੈ, ਆ ਸਕਦੇ ਨਹੀਂ ਜਾਂ ਛੱਡਣ ਨੂੰ ਕੋਈ ਹੈ ਨਹੀਂ, ਵੀ ਆ ਕੇ ਕਰ ਜਾਓ ਜਾ ਕੇ ਕਰੇ, ਉਹ ਕੋਈ ਟੱਕਰ ਨਹੀਂ, ਜੋ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਕੋਈ ਗੱਡੀ ਦੀ, ਚਲੋ ਫਰਜ਼ ਜਿਵੇਂ ਨਵੀਂ ਗੱਡੀ ਆ, ਕੰਡੀਸ਼ਨ ਵਧੀਆ ਹੈ ਨਾ, ਚਲੋ ਉਹ ਹੋ ਵੀ ਜਾਂਦੀ ਆ, ਕਈ ਵਾਰੀ ਗੱਡੀਆਂ ਹੁੰਦੀਆਂ, ਗੱਡੀ ਜ਼ਿਆਦਾ ਪੁਰਾਣੀ ਹੁੰਦੀ ਆ, ਕੰਡੀਸ਼ਨ ਜ਼ਿਆਦਾ ਲੋਅ ਹੁੰਦੀ ਆ ਗੱਡੀ ਦੀ, ਉਹ ਆਪਾਂ ਨੂੰ ਲਿਆ ਕੇ ਇੱਥੇ ਦੇਖਣੀ ਪੈਂਦੀ ਆ ਕਿਵੇਂ ਕਿਸ ਹੋਣਾ ਕੰਮ, ਉਹ ਲੈ ਕੇ ਆਉਣੀ ਪੈਂਦੀ ਆ, ਅਤੇ ਜੋ ਕਿ ਨਾ ਹੋਵੇ, ਜਿਵੇਂ ਜੇ ਆਪਣੇ ਕੋਲ 3-4 ਜਣੇ ਹੈਗੇ ਆ, ਜਾ ਕੇ ਅਗਲੀ ਦੀ ਗੱਡੀ ਲੈ ਵੀ ਆਈਦੀ ਆ, ਲੈ ਵੀ ਆਈਦੀ ਆ, ਛੱਡ ਕੰਮ ਕਰਕੇ ਉਸੇ ਤਰ੍ਹਾਂ ਵਧੀਆ ਜ਼ਿੰਮੇਵਾਰੀ ਨਾਲ ਅਗਲੀ ਛੱਡ ਵੀ ਆਈਦੀ ਪੂਰੀ ਵਧੀਆ ਨਾਲ, ਬਈ ਇਹ ਇੰਨੀ ਗੱਲ ਆ ਵੀ ਜੇ ਤੁਸੀਂ ਕਹੋ ਜੇ ਗੱਡੀ ਨਵੇਂ ਕੰਡੀਸ਼ਨ ਦੀ, ਕੰਡੀਸ਼ਨ ਦੇ ਹਿਸਾਬ ਨਾਲ ਆ ਯਾਰ, ਸਿੱਧੀ ਜੀ ਗੱਲ ਜਿਹੜੀ ਮੁੱਕਦੀ ਹੈ, ਵੀ ਤੁਹਾਡੀ ਕੰਡੀਸ਼ਨ ਦੇਖਾਂਗੇ, ਜੇ ਮਾੜੀ ਕੰਡੀਸ਼ਨ ਹੋਈ ਫਾਹਾ ਵੱਢਣ ਨੂੰ ਤਾਂ ਕਹਿ ਦਈਏ ਉੱਥੇ ਵੀ ਵੱਢਦੇ ਹੁੰਦੇ, ਇੱਥੇ ਲਿਆ ਕੇ ਪੂਰੀ ਨਿਰਖ ਪਰਖ ਕਰਕੇ ਚੰਗਾ ਤੁਹਾਨੂੰ ਸੈਟੀਸਫੈਕਸ਼ਨ ਕਰਾਂਗੇ ਵੀ ਗੱਡੀ ਤਿਆਰ ਹੋ ਗਈ, ਉੱਥੇ ਪਰ ਕੰਮ ਜ਼ਿਆਦਾ ਬਰੀਕੀ 'ਚ ਹੋ ਜਾਂਦਾ ਕੰਮ, ਕਿਤੇ ਆਪਣੇ ਲਾਈਟਾਂ ਵਗੈਰਾ ਹੋਣ, ਇੱਥੇ ਪੂਰਾ ਪੂਰਾ ਚੀਜ਼ ਉੱਥੇ ਦਿਸਣੀ ਆ, ਕੋਈ ਦਾਗ, ਪੂਰਾ ਵੀ ਦਾਗ ਪਿਆ, ਫਰਜ਼ ਕਰ ਲਓ ਜਿਵੇਂ ਇੱਥੇ ਆਹ ਦਾਗ ਰਹਿ ਗਿਆ, ਕੋਈ ਵੀ ਚੀਜ਼ ਦਾ ਦਾਗ ਰਹਿ ਗਿਆ, ਉਹ ਹੁਣ ਪੂਰਾ ਦਿਸ ਜਾਣਾ ਵੀ ਇੱਥੇ ਵੀ ਆਹ ਚੀਜ਼ ਦਾ ਦਾਗ ਰਹਿ ਗਿਆ, ਇਹਨੂੰ ਆਪਾਂ ਕੱਢਣਾ ਚੱਕਣਾ, ਜੇ ਰੰਗ ਲਿਆ ਵਾ ਤਾਂ ਆਪਣਾ ਉਹ ਵੀ ਪਤਾ ਲੱਗ ਜਾਣਾ, ਜੇ ਵੈਸੇ ਦਾਗ ਆ ਤਾਂ ਆਪਣਾ ਉਹ ਵੀ ਪਤਾ ਲੱਗ ਜਾਣਾ ਵੀ ਕਾਹਦਾ ਦਾਗ ਹੈ ਅਤੇ ਕਾਹਦਾ ਨਹੀਂ ਗਾ, ਅਤੇ ਹੁਣ ਜਿਹੜੀ ਮੁੱਕਦੀ ਗੱਲ ਆ, ਇੱਕ ਤਾਂ ਫਾਰਚੂਨਰ ਆਹ ਖੜੀ ਆ, ਇਹ ਪ੍ਰੋਸੈਸਿੰਗ ਚੱਲਦੀ ਆ, ਇੱਕ ਖੜੀ ਬਾਹਰ, ਇੱਕ ਬਾਹਰ ਉਹ ਜਮ੍ਹਾਂ ਹੋਣੀ ਆ, ਅਜੇ ਉਹਦਾ ਜੇ ਕੁਛ ਵੀ ਨਹੀਂ ਕੀਤਾ, ਉਹਦਾ ਜੇ ਵਾਸ਼ ਛੇੜ ਨਹੀਂ ਆ, ਅਜੇ ਉਹ ਵਾਸ਼ ਵੀ ਨਹੀਂ ਕੀਤੀ, ਅਜੇ ਇਹਦਾ ਕੀ ਹੋ ਗਿਆ, ਇਹ ਵਿੱਚੋਂ ਕਰਤੀ ਸਾਰੀ ਕਲੀਨ, ਇੰਜਨ ਕਲੀਨ ਕਰਤਾ ਤਾਂ ਬਿਲਕੁਲ, ਪੋਲਿਸ਼ ਵਗੈਰਾ ਰਹਿ ਗਈ ਵਿੱਚੋਂ ਲਾਉਣ ਵਾਲੀ ਦੇ ਬਾਹਰੋਂ, ਠੀਕ ਹੈ, ਉੱਪਰੋਂ ਕੰਪਾਊਂਡ ਕਰਤੀ, ਪੋਲਿਸ਼ ਕਰਤੀ, ਬਾਕੀ ਕੰਮ ਕੋਟਿੰਗ ਵਾਲਾ ਜਿਵੇਂ ਆਹ ਸਾਫ਼ ਸਫਾਈ ਵਾਲਾ ਕੰਮ, ਸਾਰਾ ਜਿਹਾ ਕੰਮ ਇਹਦਾ ਪੈਂਡਿੰਗ ਪਿਆ,
ਅੱਛਾ ਆ ਰਹਿੰਦਾ ਵਾ, ਹਾਂ ਇਹ ਕੰਮ ਅਜੇ ਪੈਂਡਿੰਗ ਪਿਆ ਤਾਂ ਜਾਣੀ ਅੱਧੇ ਨੂੰ ਕੰਮ ਅਜੇ ਪੈਂਡਿੰਗ ਪਿਆ ਹੈ, ਠੀਕ ਹੈ, ਬੋਨਟ ਵਗੈਰਾ ਜਿਵੇਂ ਦਾਗ ਦੂਆ ਦੇ ਵਿੱਚ ਪਏ ਆਹ ਚੀਜ਼ਾਂ ਤੇ ਆਹ ਇਹ ਟਵਿੱਟਰ ਸਾਰਾ ਕੁਝ ਖਤਮ ਕਰਨਾ ਬਿਲਕੁਲ ਇਹ ਟੋਟਲੀ ਆਲ ਓਵਰ ਕੋਟਿੰਗ ਕਰਕੇ ਭੇਜਣੀ ਬਿਲਕੁਲ ਸਾਰੀ ਕਿੰਨੇ ਕਿੰਨੇ ਟਾਈਮ ਚ ਹੋ ਜੂਗੇ ਇਹਨੂੰ? ਫਰਜ ਗੱਲ ਆ ਵੀ ਅਸੀਂ ਲੱਗੇ ਹੋਏ ਆ ਤਿੰਨ ਜਾਣੇ ਸੀ ਅਸੀਂ, ਇਹਨੂੰ ਸੁਬਹ ਦੇ ਲੱਗੇ ਹੋਏ ਆ ਅੱਛਾ 7:30 ਵਜੇ ਨੂੰ, ਠੀਕ ਆ ਬਈ ਤਿੰਨਾਂ ਜਾਣਿਆਂ ਤੋਂ ਹਜੇ ਵੀ ਸਾਨੂੰ ਫਰਜ਼ ਕਰ ਲਓ ਵੀ 2-3 ਘੰਟੇ ਜੇ ਮੌਜ ਨਾਲ ਹੋਰ ਖਾਊਗੀ ਸਾਡੇ ਤਿੰਨਾਂ ਜਾਣਿਆਂ ਦੀ ਵੀ ਹੋਰ ਬਈ ਫਿਰ ਪੂਰੀ ਤਿਆਰ ਹੋਊਗੀ, ਹਾਂ ਫਿਰ ਕਿਤੇ ਜਾ ਕੇ ਪੂਰੀ ਖਿੱਚ ਕੇ ਤਿਆਰ ਔਰ ਜੇ ਆਰਾਮਦਾਰੀ ਨਾਲ ਕਰਨੀ ਫਿਰ ਚਲੋ 1:30 ਹੁਣ ਚੜਦਾ ਪਰ ਐਂ ਜਿਵੇਂ ਗੱਡੀ ਆਉਂਦੀ ਅਸੀਂ ਦੇਣੀ ਪਿਆ ਜੇ ਕੋਈ ਨਿਬੜ ਕੰਮ ਦੇਣੀ ਜੀ ਕਰ ਦਈਦਾ ਅਗਲਾ ਤੇ ਇੱਕ ਮੈਂ ਯਾਰ ਉਹ ਰੀਲਾਂ 'ਚ ਦੇਖਿਆ ਉਹ ਦੋ ਜਾਣੇ ਫੜ ਕੇ ਜਿਹੜੀ ਲੇਮੀਲੇਸ਼ਨ ਜੀ ਚਿਪਕਾਉਂਦੇ PPF ਕਣੀ ਕੀ ਕਹਿੰਦੇ ਆ ਉਹ PPF ਹੁੰਦੀ ਉਹ ਅਲੱਗ ਚੀਜ਼ ਹੁੰਦੀ ਆ ਉਹ ਅਲੱਗ ਆ ਹਨਾ ਉਹ PPF ਅਲੱਗ ਇਹ ਕੋਟਿੰਗ ਆ ਇਹ ਲਿਕਵਿਡ ਆ ਹਾਂ ਉਹ PPF ਆ ਉਹ ਅਗੇ ਪੇਂਟ ਪ੍ਰੋਟੈਕਸ਼ਨ ਫਿਲਮ ਆ ਉਹ ਆਇਆ ਵੀ ਜੇ ਝਰੀਰ ਝਰੂਟ ਆਏ ਅਗਲਾ ਮਾਰ ਦੇ ਵੀ ਉਹ ਪੇਪਰ ਨੂੰ ਬਣਿਆ ਤਨੇ ਗਲਾਸ ਨੂੰ ਲੈਂਦਾ ਪੇਪਰ ਉਂਗਲਾ ਨਹੀਂ ਲੈਂਦਾ ਨਹੀਂ ਉਹ ਚੀਜ਼ ਦਾ ਵੀ ਲਾਉਣਾ ਹੋਵੇ ਤੇ ਉਹ ਚੀਜ਼ ਆ ਚੀਜ਼ ਆ ਫਾਰ ਕੋਲ ਇਹ ਕੋਟਿੰਗ ਇਹ ਲਿਕਵਿਡ ਆ ਇਹਨੇ ਆਪਦਾ ਕੰਮ ਦਿਖਾਉਣਾ ਹੈ ਵੀ ਕੀ ਚੀਜ਼ ਆ ਉਹ PPF ਆ ਉਹਨੇ ਪੇਪਰ ਨੂੰ ਇੱਕ ਤਰ੍ਹਾਂ ਲੈਮੀਨੇਟ ਹੋ ਗਈ ਸਾਰੀ PPF ਉਹਦੇ ਚੜ ਗਈ ਉਹ ਸੈਲਫ ਉਹ ਉਹ ਚ ਵੀ ਅਲੱਗ ਅਲੱਗ ਕੁਆਲਿਟੀਆਂ ਹੁੰਦੀਆਂ ਕੋਈ ਲੋ ਕੁਆਲਿਟੀ ਲਾ ਕੇ ਹਾਈ ਕੁਆਲਿਟੀ ਤੱਕ ਬੰਦੇ ਦੀ ਜਿਹਦੇ ਨਾਲ ਕਸਟਮਰ ਡਿਮਾਂਡ ਕਰਦਾ ਪੇਪਰ ਬਈ ਮੋਟਾ ਪਤਲਾ ਹੀ ਕਹਿੰਦਾ ਰੇਸ਼ੋ ਦੀ ਹੁੰਦੀ ਹੁੰਦੀ ਹੈ ਪੇਪਰ ਦੀ ਮੋਟਾ ਪਤਲਾ ਇੱਕੋ ਜਿਹਾ ਹੁੰਦਾ ਪਰ ਉਹਦੀ ਕੁਆਲਿਟੀ ਦਾ ਫਰਕ ਹੁੰਦਾ ਪੈਸੇ ਕਿੰਨੇ ਲਾਉਣੇ ਬੰਦੇ ਨੇ ਹਾਂ ਪੈਸੇ ਕਿੰਨੇ ਲਾਉਣੇ ਫਰ ਇੱਕ ਤਾਂ ਹੈਗੀ ਨੋਰਮਲ ਜਿਹਨੇ ਆਪਾਂ ਨੋਰਮਲ PPF ਜੇ ਉਹਦੀ ਨੋਰਮਲ ਗਲੋਸ ਹੋਊਗੀ ਗੱਡੀ 'ਤੇ ਉਹਦੀ ਕੋਈ ਸੈਲਫ ਫੀਲਿੰਗ ਨਹੀਂ ਹੋਊਗੀ ਸੈਲਫ ਫੀਲਿੰਗ ਦਾ ਮਤਲਬ ਜੇ ਹੁਣ ਪੂਰਾ ਵਧੀਆ ਪੇਪਰ ਫਰਜ਼ ਗਲੋਬਾ ਯੂਜ਼ ਕਰਦੇ ਹਾਂ ਠੀਕ ਆ ਮਹਿੰਗਾ ਉਹ ਕਸਟਮਰ ਪੈਸੇ ਭਰਦਾ ਹੈ ਉਹ ਕਿਸ ਚੀਜ਼ ਨਾਲ ਘਸੜ ਗਈ ਉੱਤੇ PPF ਦੇ ਝੀਟਾਂ ਪੈ ਗਈਆਂ PPF ਦੇ ਪੇਪਰ 'ਤੇ ਉਹਨੂੰ ਹੀਟ ਦਿਓ ਉਹ ਪਤਾ ਨਹੀਂ ਲੱਗਣਾ ਵੀ ਇਹ ਝੀਟ ਸੀਗੀ ਅੱਛਾ ਉਹ ਪੇਪਰ ਫੇਰ ਉਵੇਂ ਜੋੜ ਦੇਣਾ ਉਸੇ ਤਰ੍ਹਾਂ ਭਾਵੇਂ ਬਣਿਆ ਤਨੇ ਫੇਰ ਸਾਰੇ ਲਾ ਲਓ ਠੀਕ ਆ ਹਾਂ ਉਹ ਉਹ ਫੀਲਿੰਗ ਵਾਲਾ ਹੁੰਦਾ ਉਹ ਫੀਲਿੰਗ ਕਰ ਦਿੰਦਾ ਆਪਣੇ ਕੋਲੇ ਉਹ ਦੂਜਾ ਲਿਕੁਇਡ ਉਹਦੇ ਉਹ ਦੂਜਾ ਕੰਮ ਲਿਕੁਇਡ ਵਾਲਾ ਜਿਹੜਾ ਤੂੰ ਕਿਹਾ ਨਹੀਂ ਦੋਵੇਂ ਆ ਉਹ ਵੀ ਵੀ ਕਰਾ ਸਕਦਾ PPF ਵੀ ਕਰਾ ਸਕਦਾ ਇਹ ਵੀ ਕਰਾ ਸਕਦਾ ਹਾਂ ਵੀ ਇਹ ਵੀ ਕਲੀਅਰ ਕਰ ਲਈਏ ਨਾ ਉਹ ਕਸਟਮਰ ਦੀ ਡਿਮਾਂਡ ਆ ਕੰਮ ਆਪਾਂ ਦੋਵੇਂ ਡਿਟੇਲਿੰਗ ਦਾ ਕੰਮ ਚ ਸਾਰਾ ਚੀਜ਼ ਇਹੀ ਆ ਜਾਂਦੀ ਆ ਠੀਕ ਆ ਕੋਈ PPF ਵੀ ਆਪਣਾ ਕਰਾ ਸਕਦਾ ਦੋਨੇ ਚੀਜ਼ਾਂ ਕੋਈ ਚੀਜ਼ ਮਰਜ਼ੀ ਕਰਵਾ ਲਈ ਉਹ ਕਸਟਮਰ ਤੇ ਆ ਕੋਈ ਕੋਟਿੰਗ ਦਾ ਸ਼ਕੀਨ ਆ ਕੋਟਿੰਗ ਕਰਾ ਲਈ PPF ਦਾ ਸ਼ਕੀਨ ਆ PPF ਕਰਾ ਲਈ ਬੈਸਟ ਦੋਨੇ ਦੋਨੇ ਵਧੀਆ ਬੈਸਟ ਆ ਆਪਦੇ ਦੇ ਖਾਤੇ ਕਿਹੜਾ ਕੰਮ ਕਰਦਾ ਦੋਨੇ ਜਿਹਨੇ ਬੈਸਟ ਆਈ ਬਾਕੀ ਰੱਖ ਦੀ ਆਪਦੀ ਸੋਚ ਆਪਦੇ ਥਿੰਕਿੰਗ ਆ ਬਈ ਕੋਈ ਚੀਜ਼ ਕਿਹੜੀ ਚੀਜ਼ ਨੂੰ ਪਸੰਦ ਕਰਦਾ ਜਿਆਦਾ ਹਾਂ ਬਈ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਬਈ ਉਵੇਂ ਤੁਹਾਨੂੰ ਕਰਕੇ ਦੇ ਦੇਣੀ ਪ੍ਰੈਫਰ ਕਰਦਾ ਕਿਹੜੀ ਬਾਕੀ ਜਿਹੜੀ ਮੁਕਦੀ ਗੱਲ ਮੇਨ ਆਉਂਦੀ ਹੁੰਦੀ ਹੈ ਨਾ ਤੇ ਉਹ ਇਹ ਹੈ ਵੀ ਗਾਂ ਥੋਟੀ ਸੰਭਾਲ ਤੇ ਹਾਂ ਸੰਭਾਲ ਮੇਨਟੇਨੈਂਸ ਆਪਦੀ ਚਾਹੀਦੀ ਹੈ ਬੰਦੇ ਨੂੰ ਫਰਜ਼ ਕਰ ਲਓ ਅੱਜ ਗੱਡੀ ਕਰਾ ਕੇ ਲੈ ਗਏ ਬੰਦੇ ਕੋਈ ਵੀ ਐ ਮੈਂ ਕਰਾਈ ਤੁਸੀਂ ਕਰਾਈ ਜੇ ਆਪਾਂ ਉਹਦੀ ਮੇਨਟੇਨੈਂਸ ਨਹੀਂ ਦੇਣੀ ਉਹ ਗੱਡੀ ਚੀਜ਼ ਨੂੰ ਬਾਅਦ ਚੋਂ ਹਾਂ ਉਹਦਾ ਕਰਾਈ ਦਾ ਫਾਇਦਾ ਕੀ ਮੇਨਟੇਨੈਂਸ ਤਾਂ ਹੁਣ ਆਪਣੀ ਹਾਂ ਆਪਣਾ ਚਲੋ ਆਏ ਹਾਂ ਮੈਂ ਕਸਟਮਰ ਕਰਾ ਕੇ ਲੈ ਗਿਆ ਆਪਾਂ ਨੂੰ ਇੱਕ ਦੋ ਵਾਰੀ ਮੇਨਟੇਨ ਕਰਕੇ ਦੇ ਦੇਣੀ ਗੱਡੀ ਚਲੋ ਕਰਤੀ ਆਪਾਂ ਉਹਦੇ ਆਪਾਂ ਕੁਛ ਨਹੀਂ ਲਿਆ ਮੇਨਟੇਨ ਉਹਦੀ ਗੱਡੀ ਕਰਤੀ ਜੀ ਫਰਜ਼ ਕਰੋ ਜੇ ਕਸਟਮਰ ਦੀ ਗੱਡੀ ਨਹੀਂ ਸਾਹਮਣੇ ਬੰਦਾ ਸਾਹਮਣੇ ਨਹੀਂ ਰਿਹਾ ਗੱਡੀ ਨੂੰ ਉਹਦੇ ਵਿੱਚ ਤਾਂ ਫਿਰ ਕੀ ਕਰੂਗਾ ਭਾਵੇਂ ਕੁਛ ਮਰਜ਼ੀ ਕਰਾ ਲਓ ਫਿਰ ਤਾਂ ਹਾਂ ਫਿਰ ਉਹੀ ਤਾਂ ਗੱਲ ਆ ਵੀ ਜਾ ਕੇ ਹੀ ਜੇ ਬੰਦੇ ਨੇ ਸਾਹਮਣੇ ਹਾਲਤ ਆਪਾਂ ਨੂੰ ਜ਼ਰੂਰੀ ਆ ਹਾਂ ਉਹ ਜਿੰਨੇ ਹੀ ਅਸੀਂ ਸਾਹਮਣੇ ਵਰਤਣਾ ਕੋਈ ਵੀ ਚੀਜ਼ ਵਰਤਣੀ ਹੈ ਮੇਨਟੇਨੈਂਸ ਤਾਂ ਜ਼ਰੂਰੀ ਹੈ ਚੀਜ਼ ਦੀ ਕੋਈ ਵੀ ਭਾਵੇਂ ਕੁਛ ਮਰਜ਼ੀ ਕਰੋ ਭਾਵੇਂ ਕੁਛ ਹੋਇਆ ਨਹੀਂ ਹੋਇਆ ਕਰਾਇਆ ਗੱਡੀ ਦਾ ਕੁਛ ਨਹੀਂ ਕਰਾਇਆ ਮੇਨਟੇਨੈਂਸ ਤਾਂ ਫਿਰ ਵੀ ਜ਼ਰੂਰੀ ਹੈ ਚੀਜ਼ ਦੀ ਹਾਂ ਤੇ ਅੰਦਰੋਂ ਸਾਰੀ ਕਰਤੀ ਹੈ ਹਾਂ ਅੰਦਰੋਂ ਪ੍ਰੋਪਰ ਆਪਾਂ ਡਿੱਗੀ ਖੋਲ ਕੇ ਦਿਖਾ ਦਿੰਦੇ ਹਾਂ ਹਾਂ ਅੰਦਰੋਂ ਸਾਰੀ ਡਿੱਗੀ ਵਿੱਚੋਂ ਸਾਰਾ ਏ ਟੂ ਜ਼ੈਡ ਸਾਰਾ ਕੰਮ ਇਹਦਾ ਤਕਰੀਬਨ ਕਰਦਾ ਬਸ ਮਾੜਾ ਮੋਟਾ ਬਾਕੀ ਐ ਵੀ ਆ ਮਾੜਾ ਮੋਟਾ ਲੈ ਕੇ ਸ਼ੀਸ਼ੇ ਤੁਸੀਂ ਸਾਫ਼ ਕਰਨ ਲਈ ਹਜੇ ਪਏ ਆ ਵਾ ਕਾਫੀ ਕੰਮ ਪੈਂਡਿੰਗ ਵੀ ਪਿਆ ਹਜੇ ਠੀਕ ਹੈ ਪਰ ਜ਼ਿਆਦਾਤਰ ਕੰਮ ਨਿਬੇੜਦਾ ਇਹਦਾ ਕਿੰਨਾ ਕਿੰਨਾ ਮਾਡਲ ਕਿੰਨਾ ਇਹ ਕੁਛ ਕਹਿ ਨਹੀਂ ਸਕਦੇ ਯਾਰ ਇਹ ਹੋਊਗੀ ਦੇਖੋ 17-18 ਮਾਡਲ ਉਹਦਾ ਉੱਚਾ ਹੋਵੇ ਜ਼ਿਆਦਾ ਕਿੰਨਾ ਹੋਊਗੀ ਬਾਕੀ ਕੰਡੀਸ਼ਨ ਗੱਡੀ ਦੀ ਸਾਫ਼ ਆ ਰੰਗ ਰੁੰਗ ਚੈੱਕ ਕਰਕੇ ਸਾਰਾ ਕਰਕੇ ਨਾ ਉਹ ਸਾਰਾ ਕੁਝ ਚੈੱਕ ਹੋਣਾ ਨਾ ਫਿਰ ਆਹ ਯਾਰ ਲੈਟਰ ਸਾਰੀ ਯੂਟੀ ਜੇ ਸਾਰਾ ਕੁਝ ਚੱਕ ਕੇ ਸ਼ੀਟਾਂ ਸ਼ੋਰੂਮ ਕੰਡੀਸ਼ਨ ਹੀ ਆ ਜਿਵੇਂ ਯਾਰ ਇਹ ਤਾਂ ਕਿਵੇਂ ਸੀ ਜਦੋਂ ਕੰਡੀਸ਼ਨ ਆਈ ਸੀ ਮਿੱਟੀ ਮੁੱਟੀ ਸੀ ਕਾਫੀ ਕਾਰਪੇਟਾਂ ਦੇ ਉੱਤੇ ਕਾਰਪੇਟਾਂ ਜਿਵੇਂ ਆਹ ਚੀਜ਼ਾਂ ਮੈਲੀਆਂ ਹੁੰਦੀਆਂ ਮੈਲੇ ਮੂਲੇ ਹੱਥ ਲੱਗ ਜਾਂਦੇ ਆ ਜਾਂ ਹਲਕਾ ਫੁਲਕਾ ਸ਼ੀਟਾਂ ਦੇ ਕਵਰ ਮੈਲੇ ਹੋ ਜਾਂਦੇ ਆ ਉਹ ਨਾਲ ਹੋ ਗਈ ਜਿੰਨੀ ਜਿੰਨੀ ਤਕਰੀਬਨ ਇਹ ਚੀਜ਼ ਮੈਲੀ ਹੁੰਦੀ ਆ ਇਹ ਚੀਜ਼ ਸਾਰੀ ਦੀ ਕੀਤੀ ਆ
ਵੀ ਗੱਡੀ ਪੀਲੀ ਜੀ ਹੁੰਦੀ ਆ ਬੰਦੇ ਕੋਲੇ ਵੀ ਚਿੱਟੀ ਜੀ ਹੋਈ ਪਰ ਚਿੱਟੀ ਚਿੱਟੀ ਨਿਕਲੇ ਪੀਲਾ ਬਣ ਆ ਜਾਂਦਾ ਪੀਲਾ ਬਣ ਆਇਆ ਗੱਡੀ ਉੱਪਰ ਪੀਲਾ ਬਣ ਆਇਆ ਸਲਾਬੀ ਜੀ ਹੋ ਜਾਂਦੀ ਹੈ ਉਹ ਚੀਜ਼ ਨੂੰ ਖਤਮ ਕਰਨਾ ਹੁਣ ਜਿਵੇਂ ਆਹਾ ਜੀ ਕਾਲ ਸੁਗੇਰਾ ਹੈ ਨਿਕਲ ਵਗੈਰਾ ਦਾ ਹੋ ਗਿਆ ਫਰਜ਼ ਕੋਲ ਨਿਕਲਾਂ ਦੇ ਵਿੱਚ ਆਹ ਮੈਲ ਫਸੀ ਪਈ ਆ ਲੋਗੋ ਦੇ ਵਿੱਚ ਮੈਲ ਆਹ ਕੁਛ ਵੀ ਜੋ ਵੀ ਆ ਇਹ ਸਾਰਾ ਆਪਾਂ ਸਾਫ਼ ਕਰਨਾ ਆਹ ਲੋਗੋ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਆਪਾਂ ਇਹ ਸਾਰਾ ਕੁਛ ਸਾਫ਼ ਕਰਕੇ ਦੇਣਾ ਬਈ 60-70% ਕੰਮ ਤਾਂ ਰਹਿੰਦਾ ਹਜੇ ਹਾਂ ਹਜੇ ਉਹ ਬਰੀਕੀ ਕੰਮ ਹਜੇ ਮੋਟਾ ਮੋਟਾ ਕੰਮ ਵੱਡਾ ਨਿਬੜ ਗਿਆ ਬਰੀਕੀ ਕੰਮ ਹਜੇ ਰਹਿੰਦਾ ਵੀ ਸਾਫ਼ ਸਫਾਈ ਵੀ ਸਫਾਈ ਦਾ ਟੱਚ ਦੇ ਨਾਲ ਰਹਿੰਦਾ ਹਜੇ ਜੇ ਵੀ ਜਿਹੜੀ ਸਾਫ਼ ਸਫਾਈ ਮਗਰ ਲਾਸਟ ਤੇ ਹੋਣੀ ਜਿਹਨੂੰ ਇਹ ਸਾਰਾ ਕਰਕੇ ਦੇਣਾ ਇਹ ਆਈ ਨੀ ਬਾਈ ਏਦਾਂ ਨੀ ਛੱਡਣਾ ਯਾਰ ਕੱਲੀ ਬਾਡੀ ਬਾਡੀ ਨੀ ਕਲੀਅਰ ਕਰਕੇ ਜਿੱਥੇ ਆਪ ਦਾ ਮਾਲਕ ਦਾ ਪੂਰਾ 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 ਵਿਥ ਵੀ ਕਲੀਅਰ ਕਰਕੇ ਦੇਣੀ ਆ ਚੀਜ਼ ਜਿਹੜੀ ਆ ਇਹਦੇ ਵਿੱਚ ਇੱਕ ਮੈਲ ਆ ਨਾ ਇਹ ਮੈਲ ਵੀ ਕੱਢ ਕੇ ਦੇਣੀ ਵੀ ਜਿੱਥੇ ਉਹੀ ਗੱਲ ਮਾਲਕ ਦਾ ਆਪ ਧਿਆਨ ਨਹੀਂ ਵੀ ਗੱਡੀ ਇੱਥੋਂ ਵੀ ਮੈਲੀ ਉਹ ਵੀ ਕਰਕੇ ਦੇਣੀ ਸਾਫ਼ ਕਰਕੇ ਉਹ ਵੀ ਕਰਕੇ ਦੇਣੀ ਸਾਰਾ ਕਰਕੇ ਦੇਣੀ ਤੇ ਬਾਕੀ ਹੈ ਵੀ ਆਏ ਆ ਕੱਲੀ ਗੱਡੀਆਂ ਨਹੀਂ ਟਰੈਕਟਰ ਹੋ ਗਿਆ ਮੋਟਰਸਾਈਕਲ ਹੋ ਗਏ ਕੋਈ ਵੀ ਚੀਜ਼ ਹੋ ਗਈ ਕੋਈ ਵੀ ਚੀਜ਼ ਯਾਰ ਤੁਹਾਡੇ ਘਰੇ ਖੜੀ ਆ ਕੋਟਿੰਗ ਕਰਾਉਣੀ ਆ ਕੰਪਾਊਂਡ ਪੋਲਿਸ਼ ਕੱਲੀ ਜਾਂ ਕਰਾਉਣੀ ਆ ਹਨਾ ਕੁਝ ਵੀ ਡਾਇਰੈਕਟਲੀ ਦਾ ਹੋ ਗਿਆ ਜਿਵੇਂ ਸਾਰਾ ਕੁਝ ਵੀ ਕੰਮ ਹੋ ਗਿਆ ਓਵਰਆਲ ਕੰਮ ਛੱਡ ਕੇ ਲਿਆਉਣ ਵਾਲੀ ਉਹ ਤੁਹਾਨੂੰ ਗੱਲ ਦੱਸ ਹੀ ਦਿੱਤੀ 1-40-40 ਜਿਹੜੇ ਨੰਬਰ ਬੋਲਦੀ ਆਪਣੇ ਵਾਲਾ ਨੰਬਰ ਮੇਰਾ 6392-89-285 ਇਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਕੰਟੈਕਟ ਕਰਕੇ ਆਉਂਗੇ ਇੱਥੇ ਤਾਂ ਇੱਥੇ ਵੀ ਪੂਰੀ ਤਸੱਲੀ ਕਰਾ ਕੇ ਗੱਡੀ ਕਰਕੇ ਤੁਹਾਡੇ ਘਰੇ ਛੱਡ ਕੇ ਜਾਣ ਜਾਂ ਲੈ ਕੇ ਜਾਇਓ ਤੇ ਜਦੋਂ ਆ ਕੇ ਕਰਨਗੇ ਉਦੋਂ ਤੁਸੀਂ ਆਪ ਦੇਖ ਹੀ ਲੈਣਾ ਕੋਲ ਬੰਦੇ ਨੇ ਕੰਮ ਪਤਾ ਲੱਗ ਹੀ ਜਾਵੇ ਕਿੱਦਾਂ ਦਾ ਕੰਮ ਹਾਂ ਤੇ ਬਾਕੀ ਕਿਤੋਂ ਵੀ ਫੋਨ ਲਾ ਸਕਦੇ ਹੋ ਆ ਕੇ ਕਰਕੇ ਜਾਣੀ ਆ ਉਹ ਭਰਾ ਦੀ ਜ਼ਿੰਮੇਵਾਰੀ ਹੈ ਤੁਸੀਂ ਛੱਡ ਕੇ ਜਾਓਗੇ ਉਹ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ ਪੂਰੀ ਆਪਦੀ ਚੀਜ਼ ਸਮਝ ਕੇ ਯਾਰ ਕੰਮ ਕਰਨਾ ਬਗਾਨਾ ਕੰਮ ਨਹੀਂ ਗਰੰਟੀ ਫੁੱਲ ਚੱਕਦੇ ਹਾਂ ਹੋਰ ਦੱਸੋ ਹਨਾ ਇਹਦੇ ਵਿੱਚ ਹੁਣ ਇਹ ਤਿਆਰ ਹੋਣ ਨੂੰ ਤਾਂ ਲੱਗਣਾ ਟਾਈਮ ਟਾਈਮ ਲੱਗ ਜੂ ਇੱਥੇ ਪੀ ਫੇਵ ਕਰਨੀ ਕਿ ਦੂਜੇ ਕੋਲ ਇੱਥੇ ਕੋਟਿੰਗ ਕਰਨੀ ਆਪਾਂ ਕੋਟਿੰਗ ਕਰਨੀ ਇੱਥੇ ਕੋਟਿੰਗ ਕਰਨੀ ਟਾਈਮ ਲੱਗਣਾ ਉਹ ਜਿਹੜੇ ਬਾਅਦ ਦੇ ਰਿਜ਼ਲਟ ਆਪਾਂ ਕਲਿੱਪ ਲੈ ਲਾਂਗੇ ਕਲਿੱਪ ਚਾਹੇ ਆਪਾਂ ਲਾ ਦਾਂਗੇ ਜਾਂ ਉਹ ਦੁਬਾਰਾ ਚੈਨਲ ਤੇ ਰੀਲ ਨਾਲ ਚੜਾ ਦਾਂਗੇ ਤੁਸੀਂ ਦੇਖ ਸਕਦੇ ਹੋ ਚੈਨਲ ਖੋਲ ਕੇ ਆਪਣਾ ਤੇ ਮੁੱਕ ਦੀ ਗੱਲ ਇਹੀ ਆ ਵੀ ਦੁਬਾਰਾ ਆਉਂਦੇ ਆ ਵੀਡੀਓ ਕਰਨ ਜੇ ਉਹਨੇ ਤਾਂ ਆਉਂਦੇ ਆ ਵੀ ਕੰਮ ਦੇ ਵਿੱਚ ਕੀ ਬਦਲਾ ਕੀਤਾ ਨਵੀਆਂ ਚੀਜ਼ਾਂ ਆਈ ਜਾਂਦੀਆਂ ਹਾਂ ਇੱਕ ਤੇ ਕੋਈ ਕੋਟਿੰਗ ਆ ਗਈ ਜਿਵੇਂ ਨਾ ਕੋਈ ਹੋਰ ਕੋਈ ਪ੍ਰੋਡਕਟ ਨਵਾਂ ਆ ਗਿਆ ਕੁਛ ਵੀ ਆ ਨਵਾਂ ਨਵਾਂ ਟਰਾਈ ਕਰਦੇ ਹੌਲੀ ਹੌਲੀ ਆਪਦਾ ਐਕਸਪੀਰੀਅੰਸ ਵੀ ਵਧੀ ਜਾਂਦਾ ਕਿਵੇਂ ਆ ਕਿਵੇਂ ਨਹੀਂ ਹਰੇਕ ਜੀ ਨਵੀਂ ਚੀਜ਼ ਟਰਾਈ ਕਰੀ ਦੀ ਆ ਉਵੇਂ ਉਵੇਂ ਹੌਲੀ ਹੌਲੀ ਕੰਮ ਹੁਣ ਬਾਕੀ ਮੁੱਕ ਦੀ ਗੱਲ ਤਾਂ ਉਹਨਾਂ ਤੇ ਆ ਬਈ ਦੇਖਣ ਵਾਲਿਆਂ ਦੇ ਭਰਾ ਆਪਾਂ ਆਪਦੇ ਵੱਲੋਂ ਪੂਰੇ ਕਹਿ ਦੇਗੇ ਕੰਮ ਓਕੇ ਕਰਤਾ ਤੁਹਾਡੇ ਤੇ ਆ ਹੁਣ ਤੁਸੀਂ ਫੋਨ ਲਾਉਣਾ ਫੋਨ ਲਾਉਣ ਤੋਂ ਬਾਅਦ ਸਾਰੀ ਗੱਲਬਾਤ ਆ ਜੋ ਵੀ ਆ ਭਰਾ ਨਾਲ ਕਰ ਲਿਓ ਸਮਝਾ ਵੀ ਦਊਗਾ ਕੋਈ ਗੱਲਬਾਤ ਰਹਿੰਦੀ ਤਾਂ ਨਹੀਂ ਓਕੇ ਰਿਪੋਰਟ ਤੇ ਫੋਨ ਨੰਬਰ ਚੱਲਦਾ ਫੋਨ ਨੰਬਰ ਤੇ ਫੋਨ ਲਾ ਦਿਓ ਬੁਰਜ ਹਰੀਕਾ ਪਿੰਡ ਐਡਰੈਸ ਤੁਹਾਨੂੰ ਦੱਸਤਾ ਤੇ ਗੱਲਬਾਤ ਕਰ ਸਕਦੇ ਹੋ ਕੋਈ ਪੁੱਛਣਾ ਕੋਈ ਰਾਇ ਲੈਣੀ ਹੈ ਤੇ ਬਾਕੀ ਗੱਡੀ ਕੋਟ ਕਰਾਉਣੀ ਕੋਈ ਕਰਾਉਣਾ ਕੋਈ ਫੋਨ ਲਾ ਹੀ ਲੈਣਾ ਹਨਾ ਤੇ ਧੰਨਵਾਦ ਭਰਾ ਓਕੇ ਟਾਈਮ ਕੱਢਿਆ ਓਕੇ ਤੇ ਲਾ ਦਿਓ ਫੋਨ ਨੰਬਰ ਚੱਲਦਾ ਧੰਨਵਾਦ।